50,000 ਤੋਂ ਵੱਧ ਨਗਦੀ ਰੱਖਣ ਵਾਲੇ ਹੋ ਜਾਣ ਸਾਵਧਾਨ। ਵੇਖੋ ਕਿਵੇਂ ਪੁਲਿਸ ਨੇ ਇਸ ਸ਼ਖਸ ਦੇ ਜ਼ਬਤ ਕੀਤੇ 5 ਲੱਖ। ਜਾਣੋ ਕਿਸ ਗਲਤੀ ਕਰਕੇ ਹੋਇਆ ਵੱਡਾ ਨੁਕਸਾਨ। ਤਾਂ ਦੱਸ ਦੇ ਕਿ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਗਿਆ ਜਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਜਦੋਂ ਪੁਲਿਸ ਦੇ ਵੱਲੋਂ ਇੱਕ ਗੱਡੀ ਨੂੰ ਰੋਕਿਆ ਗਿਆ ਤਾਂ ਉਸਦੇ ਵਿੱਚੋਂ 5 ਲੱਖ ਰੁਪਏ ਮਿਲਦੇ ਨੇ। ਤਾਂ ਪੁਲਿਸ ਦੇ ਵੱਲੋਂ ਉਸਦਾ ਜਦ ਸਬੂਤ ਮੰਗਿਆ ਗਿਆ ਤਾਂ ਉਹ ਇਸਦਾ ਕੋਈ ਵੀ ਸਬੂਤ ਨਹੀਂ ਦੇ ਪਾਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਸਾਰੀ ਨਗਦੀ ਜ਼ਬਤ ਕਰ ਲਈ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 50,000 ਤੋਂ ਵੱਧ ਨਗਦੀ ਲਿਜਾਣ ਤੇ ਮਨਾਹੀ ਹੈ, ਤੇ ਜੇਕਰ ਇਸ ਤੋਂ ਵੱਧ ਨਗਦੀ ਰੱਖੀ ਜਾਂ ਲਿਜਾਈ ਜਾਂਦੀ ਹੈ ਤਾਂ ਇਸਦਾ ਸੋਰਸ ਵੀ ਦੱਸਣਾ ਪੈਂਦਾ। ਤਾਂ ਇਸਦੇ ਮੱਦੇਨਜ਼ਰ ਜਲੰਧਰ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ। ਤਾਂ ਇਸ ਦੌਰਾਨ ਉਹਨਾਂ ਨੇ ਜਦ ਇੱਕ ਗੱਡੀ ਰੋਕੀ ਤਾਂ ਇਸਦੇ ਵਿੱਚੋਂ 5 ਲੱਖ ਰੁਪਏ ਮਿਲਦੇ ਨੇ। ਤਾਂ ਜਦ ਇਸਦੇ ਮਾਲਕ ਤੋਂ ਇਸ ਪੇਮੈਂਟ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਦੁਕਾਨ 'ਚ ਕੰਮ ਕਰਦੇ ਨੇ, ਤਾਂ ਉਸਦੀ ਇਹ ਪੇਮੈਂਟ ਹੈ ਜੋ ਕਿ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਨੇ। ਤਾਂ ਪੁਲਿਸ ਦੇ ਵੱਲੋਂ ਜਦੋਂ ਇਸ ਸੰਬੰਧੀ ਲੀਗਲ ਕਾਗਜ਼ਾਤ ਮੰਗੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਕਾਗਜ਼ਾਤ ਨਹੀਂ ਵਿਖਾਏ ਜਾਂਦੇ, ਜਿਸ ਤੋਂ ਬਾਅਦ ਪੁਲਿਸ ਨੇ ਇਹ ਸਾਰੀ ਨਗਦੀ ਜ਼ਬਤ ਕਰਕੇ ਇਲੈਕਸ਼ਨ ਸੈੱਲ ਦੇ ਹਵਾਲੇ ਕਰ ਦਿੱਤੀ ਹੈ। ਇੱਥੋਂ ਆਪਾਂ ਰੋਡ ਤੋਂ ਜਾ ਰਹੇ ਹਾਂ, ਬੈਂਕ ਜਮ੍ਹਾਂ ਕਰਾਉਣ ਜਾ ਰਹੇ ਹਾਂ, ਪੈਸੇ ਦਾ ਤਾਂ ਰੁਕਿਆ ਗਿਆ, ਜਿਹੜਾ ਸਾਡੇ ਕੋਲ 5,50,000 ਜਿੰਨਾ ਵੀ ਨਿਕਲੇ ਆਪਾਂ ਮੌਕੇ 'ਤੇ ਸਬੂਤ ਹੀ ਪੇਸ਼ ਕਰਤੇ, ਫਿਰ ਵੀ ਸਾਨੂੰ ਹਰਾਸਮੈਂਟ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਪਾਣੀ ਛੱਡਣਾ ਪਹਿਲੇ ਪੇਪਰ ਦਿਖਾਓ, ਤਾਂ ਆਪਾਂ ਪੇਪਰ ਦਿਖਾਈ ਜਾਂਦੇ ਹਾਂ ਫਿਰ ਵੀ ਸਾਨੂੰ ਹਰਾਸਮੈਂਟ ਹੋਈ ਜਾਂਦੀ ਹੈ। ਅਤੇ ਦੇਖੋ ਅੱਜ ਕੱਲ੍ਹ ਜਿੰਨੀਆਂ ਚੋਰੀਆਂ ਹੋ ਰਹੀਆਂ, ਡਕੈਤੀਆਂ ਹੋ ਰਹੀਆਂ, ਉਹ 'ਤੇ ਕਿਸੇ ਦਾ ਧਿਆਨ ਨਹੀਂ, ਜਿਹੜਾ ਬੰਦਾ ਸੱਚਾਈ ਦੇ ਤੌਰ 'ਤੇ ਜਾ ਰਿਹਾ ਉਹਨੂੰ ਫੜਨ ਸਭ ਫੜਨ ਫਿਰਦੇ ਹੈ ਜੀ। ਉਹਨਾਂ ਦਾ ਕਹਿਣਾ ਜਿਹੜਾ ਕੈਸ਼ ਹੈ ਉਹ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਟੀਮ ਲੱਗੀ ਉਹਨਾਂ ਨੇ ਕੈਸ਼ ਅਤੇ ਸਟੇਟਮੈਂਟ ਦਿਖਾਈ ਉਹਨਾਂ ਨੂੰ ਨਹੀਂ ਹੋਇਆ, ਸਟੇਟਮੈਂਟ ਦਿਖਾ ਦੇ, ਸਭ ਕੋਈ ਪੇਪਰ ਦਿਖਾਤੇ, ਆਪਾਂ ਹੋਰ ਕੀ ਚੀਜ਼ ਦਿਖਾਈ ਦੀ, ਦੱਸੋ ਹੋਰ ਕੀ ਚੀਜ਼ ਦਿਖਾਈਏ, ਆਪਾਂ ਇਕੱਲੇ ਇਕੱਲੇ ਪਰੂਫ ਆਪਣੇ ਦਿਖਾਤੇ ਹੈ, ਤੁਸੀਂ ਲੱਗ ਦੱਸੋ ਭਾਈ ਦੱਸੋ ਸਾਨੂੰ ਹੋਰ ਕੀ ਪਰੂਫ ਚਾਹੀਦੇ, ਮੈਂ ਹੋਰ ਪਰੂਫ ਤੁਹਾਨੂੰ ਦਿਖਾਉਣਾ ਜੀ। ਬੰਦਾ ਵੇਚ ਪਿਆ ਜੀ, ਇਸ ਬਾਰੇ ਤੁਹਾਨੂੰ ਪਤਾ ਇਲੈਕਸ਼ਨ ਕਮਿਸ਼ਨਰ ਦੀ ਜਿੱਦ ਹੈਗੀ ਆ, 50,000 ਤੋਂ ਉੱਪਰ ਕੈਸ਼ ਲੈ ਕੇ ਜਾਣਾ ਸਰ, ਦੇਖੋ ਕੋਈ ਬੈਂਕ ਦੇ ਵਿੱਚ ਦੇਖੋ ਆਪਣਾ ਕੈਸ਼ ਰੋਜ਼ ਹੀ ਲਾਉਂਦੀ ਵੀ ਕਿੱਥੇ ਜਾਵੇ, ਸਰਕਾਰ ਦੱਸੇ ਵੀ ਕਿਹੜੇ ਸੜਕ ਥਾਣੀ ਉੱਡ ਕੇ ਜਾਈਏ, ਕਿਹੜੇ ਕਿਹਨਾਂ ਨੂੰ ਪੈਸੇ ਦਈਏ ਜੀ, ਜੇ ਆਪਾਂ ਕੈਸ਼ ਰੋਜ਼ ਕਰਦੇ ਹਾਂ ਕਿੱਥੋਂ ਕਰੀਏ, ਜੇ ਆਪਾਂ ਕਿਸੇ 12,00,000 ਰੁਪਏ ਕਾਂਗਰਸ ਪੇ ਕਰਦਾ, ਮੈਂ ਕੋਈ ਆਮ ਮੁਲਾਜ਼ਮ ਦੀ ਤਨਖਾਹ ਜਿਵੇਂ ਪੇ ਕਰਦਾ, ਜੇ ਬੰਦਾ ਫਿਰ ਆਮ ਕਰੇਗੀ ਕਿੱਥੇ ਜਾਵੇ, ਜਿਹੜਾ ਬੰਦਾ ਜਾਇਆ ਜਾ ਉਹਨੂੰ ਤੁਸੀਂ ਦਬੋਚ ਹੀ ਜਾਂਦੇ, ਜਿਹੜਾ ਬੰਦਾ ਨਿਆਇ ਕਰਾਉਂਦਾ ਪਿੱਛੇ ਦੀ ਪੈਸੇ ਲੈ ਕੇ ਪਰਿੰਦ ਕੱਢ ਦਿੰਦੇ ਨਾਕਾ ਲੱਗਾ ਜੀ ਲੋਕ ਸਭਾ ਚੋਣਾਂ ਦੌਰਾਨ, ਉਸ ਨਾਕੇ ਤੇ ਆਪਾਂ ਗੱਡੀ ਰੋਕੀ ਵਾਲੀ MG ਸੈਕਟਰ, ਤੇ ਇਸ ਗੱਡੀ ਦੇ ਵਿੱਚੋਂ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਜੰਗ ਬਹਾਦਰ ਸਿੰਘ ਦੱਸਿਆ, ਔਰ ਇੱਥੇ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਐਂਡ ਸੰਨ ਨਾਮ ਦੀ ਦੁਕਾਨ ਹੈ, ਅਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ, ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਹੈ, ਜੋ SSC ਟੀਮ ਦੇ ਇੰਚਾਰਜ ਨੇ ਚੈੱਕ ਕੀਤੀ, ਇਹਨਾਂ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ। ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡਕਟ ਮੁਤਾਬਕ 50,000 ਤੋਂ ਉੱਪਰ ਅਮਾਊਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ, ਅਤੇ ਇਸ ਲਈ ਇਹਨੂੰ ਸੀਜ਼ਰ ਜ਼ਬਤ ਕੀਤਾ ਗਿਆ, ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਜੀ, ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਸਕਦੇ ਹਾਂ। ਸਰ ਉਹਨਾਂ ਦਾ ਕਹਿਣਾ ਮੈਂ ਬੈਂਕ ਜਮ੍ਹਾਂ ਕਰਾ ਰਿਹਾ ਸੀ, ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ, ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ, ਉਹਨੂੰ ਸਫੀਸ਼ੀਐਂਟ ਜਿਹੜਾ ਕਰਨਾ ਸੈਟ, ਇਹਨਾਂ ਦੀ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸੰਬੰਧਿਤ ਡਿਪਾਰਟਮੈਂਟ ਦੀ ਕਰਾਉਣੀ ਹੈ, SSC ਟੀਮਾਂ ਦੀ ਕਰਾਉਣੀ ਹੈ। ਹੁਣ ਅਸੀਂ ਇਹਨੂੰ ਖਜ਼ਾਨੇ ਜਮ੍ਹਾਂ ਕਰਵਾਵਾਂਗੇ।